ਮਾਮੂਲੀ ਗੱਲ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ। ਦੱਸ ਦਈਏ ਕਿ ਇੱਕ ਵਿਅਕਤੀ ਜਦੋਂ ਆਪਣਾ ਟਰੈਕਟਰ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਕਾਰ ਖੜੀ ਸੀ, ਜਿਨ੍ਹਾਂ ਦੀ ਇਹ ਕਾਰ ਸੀ। ਜਦੋਂ ਉਹਨਾਂ ਨੂੰ ਕਿਹਾ ਗਿਆ ਤਾਂ ਜਿਵੇਂ ਹੀ ਉਹ ਕਾਰ ਨੂੰ ਸਾਈਡ ਕਰਨ ਲੱਗੇ ਤਾਂ ਜਿਸ ਵਿਅਕਤੀ ਦੇ ਘਰ ਦੇ ਅੱਗੇ ਕਾਰ ਖੜੀ ਸੀ ਉਸਦੀ ਕਾਰ ਸਵਾਰਾਂ ਦੇ ਨਾਲ ਬਹਿਸ ਹੋ ਜਾਂਦੀ ਹੈ ਅਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਨੌਬਤ ਗੋਲੀਆਂ ਚਲਾਉਣ ਤੱਕ ਦੀ ਪੈ ਜਾਂਦੀ ਹੈ। ਹਾਲਾਂਕਿ ਘਟਨਾ CCTV ਦੇ ਵਿੱਚ ਕੈਦ ਹੋਈ ਹੈ ਤਾਂ ਤਸਵੀਰਾਂ ਮੋਹਾਲੀ ਦੇ ਬਲੌਂਗੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਮਾਮੂਲੀ ਗੱਲ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ। ਹਾਲਾਂਕਿ ਇਸ ਘਟਨਾ ਦੇ ਵਿੱਚ ਕਿਹਾ ਜਾ ਰਿਹਾ ਕਿ ਜੋ ਟਰੈਕਟਰ ਦਾ ਚਾਲਕ ਹੈ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ। ਕਿਹਾ ਜਾ ਰਿਹਾ ਕਿ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਇਹ ਗੋਲੀਆਂ ਚਲਾਉਣ ਵਾਲੇ ਰਹਿੰਦੇ ਸੀ। ਹਾਲਾਂਕਿ ਉਹਨਾਂ ਦੀ ਕਾਰ ਜਦੋਂ ਨੀਚੇ ਖੜੀ ਸੀ ਤਾਂ ਅਚਾਨਕ ਹੀ ਉੱਥੋਂ ਟਰੈਕਟਰ ਵਾਲਾ ਨਿਕਲਦਾ ਹੈ ਤਾਂ ਕਾਰ ਸਾਈਡ ਕਰਨ ਦੇ ਲਈ ਕਹਿੰਦਾ, ਪਰ ਜਿਵੇਂ ਇੱਕ ਨੌਜਵਾਨ ਕਾਰ ਸਾਈਡ ਕਰਨ ਲੱਗਦਾ ਤਾਂ ਜਿਸ ਵਿਅਕਤੀ ਦੇ ਘਰ ਦੇ ਅੱਗੇ ਕਾਰ ਖੜੀ ਹੁੰਦੀ ਹੈ ਤਾਂ ਉਸਦੀ ਕਾਰ ਸਵਾਰਾਂ ਦੇ ਨਾਲ ਬਹਿਸ ਹੋ ਜਾਂਦੀ ਹੈ ਅਤੇ ਕਾਰ ਸਵਾਰ ਜੋ ਨੇ ਉਹ ਗੁੱਸੇ ਦੇ ਵਿੱਚ ਆ ਕੇ ਗੋਲੀਆਂ ਚਲਾ ਦਿੰਦੇ ਨੇ। ਤਾਂ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਗਲੀ ਦੇ ਵਿੱਚ ਲੰਘਿਆ ਜਾ ਰਿਹਾ ਅਤੇ ਉਸਦੇ ਜਦੋਂ ਵਾਪਸੀ ਕੀਤੀ ਹੈ ਤਾਂ ਉੱਥੋਂ ਜਿੱਥੋਂ ਲੜਾਈ ਕਰਕੇ ਵਾਪਸ ਆ ਰਿਹਾ ਸੀ ਤਾਂ ਉਸਦੇ ਹੱਥ ਦੇ ਵਿੱਚ ਵੀ ਪਿਸਟਲ ਸਾਫ਼ ਦੇਖਿਆ ਜਾ ਸਕਦਾ ਹੈ। ਫਿਲਹਾਲ ਜੋ ਇਹ ਗੋਲੀਆਂ ਚਲਾਉਣ ਵਾਲੇ ਸੀ ਇਹ ਮੌਕੇ ਤੋਂ ਫਰਾਰ ਹੋ ਗਏ ਨੇ ਅਤੇ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮੂਲੀ ਗੱਲ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ। ਦੱਸ ਦਈਏ ਕਿ ਇੱਕ ਵਿਅਕਤੀ ਜਦੋਂ ਆਪਣਾ ਟਰੈਕਟਰ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਕਾਰ ਖੜੀ ਸੀ, ਜਿਨ੍ਹਾਂ ਦੀ ਇਹ ਕਾਰ ਸੀ। ਜਦੋਂ ਉਹਨਾਂ ਨੂੰ ਕਿਹਾ ਗਿਆ ਤਾਂ ਜਿਵੇਂ ਹੀ ਉਹ ਕਾਰ ਨੂੰ ਸਾਈਡ ਕਰਨ ਲੱਗੇ ਤਾਂ ਜਿਸ ਵਿਅਕਤੀ ਦੇ ਘਰ ਦੇ ਅੱਗੇ ਕਾਰ ਖੜੀ ਸੀ ਉਸਦੀ ਕਾਰ ਸਵਾਰਾਂ ਦੇ ਨਾਲ ਬਹਿਸ ਹੋ ਜਾਂਦੀ ਹੈ ਅਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਨੌਬਤ ਗੋਲੀਆਂ ਚਲਾਉਣ ਤੱਕ ਦੀ ਪੈ ਜਾਂਦੀ ਹੈ। ਹਾਲਾਂਕਿ ਘਟਨਾ CCTV ਦੇ ਵਿੱਚ ਕੈਦ ਹੋਈ ਹੈ ਤਾਂ ਤਸਵੀਰਾਂ ਮੋਹਾਲੀ ਦੇ ਬਲੌਂਗੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਮਾਮੂਲੀ ਗੱਲ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ। ਹਾਲਾਂਕਿ ਇਸ ਘਟਨਾ ਦੇ ਵਿੱਚ ਕਿਹਾ ਜਾ ਰਿਹਾ ਕਿ ਜੋ ਟਰੈਕਟਰ ਦਾ ਚਾਲਕ ਹੈ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਕਿਹਾ ਜਾ ਰਿਹਾ ਕਿ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਇਹ ਗੋਲੀਆਂ ਚਲਾਉਣ ਵਾਲੇ ਰਹਿੰਦੇ ਸੀ। ਹਾਲਾਂਕਿ ਉਹਨਾਂ ਦੀ ਕਾਰ ਜਦੋਂ ਨੀਚੇ ਖੜੀ ਸੀ ਤਾਂ ਅਚਾਨਕ ਹੀ ਉੱਥੋਂ ਟਰੈਕਟਰ ਵਾਲਾ ਨਿਕਲਦਾ ਹੈ ਤਾਂ ਕਾਰ ਸਾਈਡ ਕਰਨ ਦੇ ਲਈ ਕਹਿੰਦਾ, ਪਰ ਜਿਵੇਂ ਇੱਕ ਨੌਜਵਾਨ ਕਾਰ ਸਾਈਡ ਕਰਨ ਲੱਗਦਾ ਤਾਂ ਜਿਸ ਵਿਅਕਤੀ ਦੇ ਘਰ ਦੇ ਅੱਗੇ ਕਾਰ ਖੜੀ ਹੁੰਦੀ ਹੈ ਤਾਂ ਉਸਦੀ ਕਾਰ ਸਵਾਰਾਂ ਦੇ ਨਾਲ ਬਹਿਸ ਹੋ ਜਾਂਦੀ ਹੈ ਅਤੇ ਕਾਰ ਸਵਾਰ ਜੋ ਨੇ ਉਹ ਗੁੱਸੇ ਦੇ ਵਿੱਚ ਆ ਕੇ ਗੋਲੀਆਂ ਚਲਾ ਦਿੰਦੇ ਨੇ। ਤਾਂ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਗਲੀ ਦੇ ਵਿੱਚ ਲੰਘਿਆ ਜਾ ਰਿਹਾ ਅਤੇ ਉਸਦੇ ਜਦੋਂ ਵਾਪਸੀ ਕੀਤੀ ਹੈ ਤਾਂ ਉੱਥੋਂ ਜਿੱਥੋਂ ਲੜਾਈ ਕਰਕੇ ਵਾਪਸ ਆ ਰਿਹਾ ਸੀ ਤਾਂ ਉਸਦੇ ਹੱਥ ਦੇ ਵਿੱਚ ਵੀ ਪਿਸਟਲ ਸਾਫ਼ ਦੇਖਿਆ ਜਾ ਸਕਦਾ ਹੈ। ਫਿਲਹਾਲ ਜੋ ਇਹ ਗੋਲੀਆਂ ਚਲਾਉਣ ਵਾਲੇ ਸੀ ਇਹ ਮੌਕੇ ਤੋਂ ਫਰਾਰ ਹੋ ਗਏ ਨੇ ਅਤੇ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।